ਹਾਂਜੀ ਬਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਸਾਰੇ ਤੇ ਮਾਸਟਰ ਕਾਡਰ ਯੂਨੀਅਨ ਚੈਨਲ ਤੇ ਤੁਹਾਡਾ ਸਵਾਗਤ ਹੈ ਆ ਵੀਡੀਓ ਦੇ ਵਿੱਚ ਤੁਹਾਡੇ ਲਈ ਦੋ ਤਿੰਨ ਜ਼ਰੂਰੀ ਅਪਡੇਟਸ ਲੈ ਕੇ ਆਇਆਗਾ ਮਾਸਟਰ ਕਾਡਰ ਦੀ ਅਤੇ ਲੈਕਚਰਾਰ ਕਾਡਰ ਦੀ ਭਰਤੀਆਂ ਦੇ ਸੰਬੰਧ ਦੇ ਵਿੱਚ ਕਿਉਂਕਿ ਪਿਛਲੇ 2-3 ਦਿਨਾਂ ਤੋਂ ਥੋੜਾ ਜਿਹਾ ਬਿਜ਼ੀ ਹੋਣ ਕਰਕੇ ਮੇਰੇ ਤੋਂ ਕੋਈ ਅਪਡੇਟ ਆ ਜਾਂ ਜਾਂ ਕੋਈ ਨਵੀਂ ਵੀਡੀਓ ਜਿਹੜੀ ਉਹ ਨਹੀਂ ਅਪਲੋਡ ਕੀਤੀ ਗਈ ਸੀ ਇਸ ਕਰਕੇ ਮੈਂ ਸੋਚਿਆ ਜਿਹੜੀਆਂ ਇੱਕ ਦੋ ਜ਼ਰੂਰੀ ਅਪਡੇਟਸ ਨੇ ਉਹ ਤੁਹਾਨੂੰ ਤੁਹਾਡੇ ਨਾਲ ਮੈਂ ਸਾਂਝੀਆਂ ਕਰਦਾ ਵੀ ਨਵੀਂ ਭਰਤੀ ਦਾ ਸਟੇਟਸ ਕੀ ਆ ਕਿੱਥੇ ਇੱਕ ਤੱਕ ਗੱਲ ਪਹੁੰਚੀ ਆ ਆਉਣ ਦੇ ਕਿੰਨੇ ਕੁ ਚਾਂਸ ਨੇ ਜਾਂ ਕੀ ਅੱਗੇ ਦਾ ਕੀ ਪ੍ਰੋਸੈਸ ਆ ਵੀ ਨਵੀਂ ਭਰਤੀ ਆਊਗੀ ਜਾਂ ਨਹੀਂ ਆਊਗੀ ਮਾਸਟਰ ਕਾਡਰ ਦੀ ਤੇ ਲੈਕਚਰਾਰ ਦੀ ਵੈਸੇ ਤਾਂ ਤੁਹਾਨੂੰ ਬਹੁਤ ਸਾਰੀਆਂ ਇਨਫੋਰਮੇਸ਼ਨਾਂ ਤੁਹਾਡੇ ਕੋਲੇ ਵੀ ਹੋਣਗੀਆਂ ਕਿਉਂਕਿ ਤੁਸੀਂ ਵੀ ਡੇਲੀ ਖਬਰਾਂ ਸੁਣਦੇ ਹੋ ਤੇ ਵਿਧਾਨ ਸਭਾ ਦਾ ਲਾਈਵ ਜਿਹੜਾ ਚੱਲਦਾ ਉਹ ਸੁਣਦੇ ਹੋ ਪਰ ਇਸ ਵੀਡੀਓ ਦੇ ਵਿੱਚ ਇੱਕ ਦੋ ਅਹਿਮ ਮੀਟਿੰਗਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਇੱਕ ਤਾਂ ਆਪਾਂ ਨੂੰ ਸਿੱਖਿਆ ਮੰਤਰੀ ਨਾਲ ਮਿਲੀ ਹੋਈ ਆ ਮਿਲੀ ਹੋਈ ਸੀ ਤੇ ਇੱਕ ਸਬ ਕਮੇਟੀ ਜਿਹਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਅਮਨ अरोड़ा ਕਾਫੀ ਦੋ ਤਿੰਨ ਮੰਤਰੀ ਨੇ ਜਿਹਦੇ ਵਿੱਚ ਤਾਂ ਉਹਦੇ ਵਿੱਚ ਆਪਣੀ ਮਾਸਟਰ ਕਲਾਸਰ ਦੀ ਭਰਤੀ ਦੀ ਗੱਲਬਾਤ ਤੇ ਲੈਕਚਰਾਰ ਦੀ ਗੱਲਬਾਤ ਬਾਰੇ ਸਾਰੀ ਡਿਟੇਲ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਦੇਵਾਂਗੇ ਇਸ ਕਰਕੇ ਜਿਹੜੇ ਭੈਣ ਭਰਾ ਆਪਣੇ ਮਾਸਟਰ ਕਾਰਡ ਦੀ ਤਿਆਰੀ ਕਰਦੇ ਆ ਜਾਂ ਲੈਕਚਰਾਰ ਦੀ ਤਾ ਵੀਰ ਬਣ ਕੇ ਵੀਡੀਓ ਨੂੰ ਅਖੀਰ ਤੱਕ ਜਿਹੜਾ ਉਹ ਜਰੂਰ ਸੁਣਿਓ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਸਾਰਿਆਂ ਤੱਕ ਇਹ ਇਨਫੋਰਮੇਸ਼ਨਾਂ ਜਿਹੜੀ ਉਹ ਪਹੁੰਚ ਸਕੇ ਤਾਂ ਵੀਡੀਓ ਨੂੰ ਸ਼ੁਰੂ ਕਰਦਾ ਮੈਂ ਤੇ ਇੱਕ ਆਪਣਾ ਜਿਹੜਾ WhatsApp ਦਾ ਗਰੁੱਪਾ ਮੈਂ ਤੁਹਾਨੂੰ ਹਰ ਵਾਰੀ ਕਹਿਣਾ ਹੁੰਦਾ ਉਹ ਤੁਸੀਂ ਉਹਦਾ ਲਿੰਕ ਨਾਲ ਤੁਹਾਨੂੰ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਮਿਲ ਜੂਗਾ ਉਹ ਤੁਸੀਂ ਜੁਆਇਨ ਕਰ ਲਿਓ ਵੀਡੀਓ ਦੇ ਕਮੈਂਟਸ ਨੂੰ ਓਪਨ ਕਰਕੇ ਤਾ ਸਭ ਤੋਂ ਪਹਿਲਾਂ ਤਾਂ ਮੈਂ ਜਿਵੇਂ ਤੁਹਾਨੂੰ ਬਈ ਕਹਿਣਾ ਹੁੰਦਾ ਹਰ ਵਾਰੀ ਵੀ ਕੋਡ ਆਫ ਕੰਡਕਟ ਆ ਜਿਹੜਾ ਵੈਸੇ ਤਾਂ ਮੈਂ ਤੁਹਾਨੂੰ ਪਿਛਲੀ ਕਾਫੀ ਵੀਡੀਓ ਦੇ ਵਿੱਚ ਕਿਹਾ ਸੀਗਾ ਵੀ 2019 ਦੇ ਵਿੱਚ ਕੋਡ ਆਫ ਕੰਡਕਟ ਆ ਜਿਹੜਾ ਉਹ 10 ਜਾਂ 11 ਮਾਰਚ ਨੂੰ ਲੱਗਿਆ ਸੀਗਾ ਪਰ ਅੱਜ ਜਿਹੜੀ ਉਹ 14 ਤਰੀਕ ਹੋ ਚੁੱਕੀ ਐ ਚਲੋ ਹਲੇ ਤੱਕ ਤਾਂ ਨਹੀਂ ਲੱਗਿਆ ਵੀ ਵਾਈਗਰੂ ਦਾ ਸ਼ੁਕਰ ਆ ਵੀ ਹਲੇ ਨਹੀਂ ਲੱਗਿਆ ਤੇ ਅ ਉਮੀਦ ਆ ਵੀ ਇਸੇ ਹਫਤੇ ਲੱਗਣ ਦੇ ਚਾਂਸ ਨੇ ਜਿੰਨੀਆਂ ਕ ਆਪਾਂ ਨੂੰ ਖਬਰ ਆਪਾਂ ਸੁਣਦੇ ਹੁੰਨੇ ਆ ਤਾਂ ਉਹਦੇ ਸਬੰਧ ਦੇ ਵਿੱਚ ਇੱਕ ਤਾਂ ਇਹ ਅਪਡੇਟ ਆ ਵੀ ਯਾਰ ਆਪਣੀ ਭਰਤੀ ਦਾ ਨੋਟੀਫਿਕੇਸ਼ਨ ਪਹਿਲਾਂ ਆਵੇ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਤੁਸੀਂ ਦੇਖੋ ਵੀ ਜਿਹੜੀ ਸਰਕਾਰ ਜਿਹੜੀ ਪਾਰਟੀ ਦੀ ਹੁਣ ਸਰਕਾਰ ਆ ਉਹ ਲਗਾਤਾਰ ਆਪਣੇ ਉਮੀਦਵਾਰਾਂ ਦਾ ਜਿਹੜਾ ਐਲਾਨ ਕਰੀ ਜਾਂਦੀ ਆ ਬੀਜਪੀ ਦੇ ਵੱਲੋਂ ਆਪਣੀ ਦੂਜੀ ਲਿਸਟ ਆ ਜਿਹੜੀ ਉਹ ਰਾਤ ਜਾਰੀ ਕਰਤੀ 11 ਘੰਟੇ ਪਹਿਲਾਂ ਅ ਅੱਜ ਤੱਕ ਦੀ ਨਿਊਜ਼ ਆ ਇਹ ਮੈਂ ਵੈਸੇ ਵੀ ਸੁਣੀ ਹੋਈ ਆ ਨਿਊਜ਼ ਤੁਸੀਂ ਵੀ ਸੁਣੀ ਹੋਣੀ ਤਾਂ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਨੇੜੇ ਆ ਕੋਡ ਆਫ ਕੰਡਕਟ ਕਿਉਂਕਿ ਪਹਿਲੀ ਲਿਸਟ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਜਾਰੀ ਕਰਤੀ ਸੀ ਤੇ ਦੂਸਰੀ ਲਿਸਟ ਉਹਨਾਂ ਨੇ ਹੁਣ ਜਾਰੀ ਕਰਤੀ ਤਾਂ ਤੁਸੀਂ ਸੋਚੋ ਵੀ ਬਹੁਤ ਨੇੜੇ ਆ ਇਸੇ ਹਫ਼ਤੇ ਲੱਗਣ ਦੀ ਉਮੀਦ ਹੈਗੀ ਆ ਤਾਂ ਉਸ ਤੋਂ ਪਹਿਲਾਂ ਆਪਾਂ ਨਵੀਂ ਭਰਤੀ ਆ ਜਿਹੜੀ ਉਹ ਲੈ ਲਈਏ ਤਾਂ ਬਹੁਤ ਚੰਗੀ ਗੱਲ ਰਹੂਗੀ ਕਿਉਂਕਿ ਲੈਕਚਰਾਰ ਬਾਰੇ ਤਾਂ ਪਹਿਲਾਂ ਹੀ ਉਹਨਾਂ ਨੇ ਕਿਹਾ ਹੋਇਆ ਤੇ ਵੀ ਲੈਕਚਰਾਰ ਦੀ ਆਊਗੀ ਪਰ ਤੀ ਤਾਂ ਮਾਸਟਰ ਕਟ ਦੀ ਚਲੋ ਅੱਜ ਆਪਾਂ ਮੀਟਿੰਗ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਵੀ ਕੀ ਗੱਲਬਾਤ ਹੋਊਗੀ ਉਸ ਤੋਂ ਪਹਿਲਾਂ ਇੱਕ ਬੇਨਤੀ ਵੀਰ ਵੀਰ ਬਣ ਕੇ ਸਾਰਿਆਂ ਨੂੰ ਹੋਰ ਹੈ ਨਾ ਇੱਕ ਨਾ ਮੈਂ ਪਰਸੋ ਇੱਕ ਵੀਡੀਓ ਪਾਈ ਸੀਗੀ 600 ਪੋਸਟ ਦੀ 600 ਪਲੱਸ ਪੋਸਟ ਦੀ ਵੀ ਭਰਤੀ ਸਿੱਖਿਆ ਵਿਭਾਗ ਦੇ ਵਿਚਾਰੀ ਆ ਤਾਂ ਕਾਫੀ ਸਾਰੇ ਸਾਥੀ ਇਹ ਜਿਹੇ ਹੁੰਦੇ ਨੇ ਵੀ ਕਮੈਂਟ ਕਰਨ ਲੱਗੇ ਦੇਖਦੇ ਨਹੀਂ ਹੁੰਦੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਉਹਨਾਂ ਨੂੰ ਵੀ ਬੋਲਣਾ ਆਉਂਦਾ ਹੁੰਦਾ ਵੀ ਸਾਹਮਣੇ ਵਾਲੇ ਨੂੰ ਕਿਹੜਾ ਕੋਈ ਸ਼ੱਕ ਆ ਹਨਾ ਜਾਂ ਉਹਨਾਂ ਨੂੰ ਬੋਲ ਉਹਨੂੰ ਬੋਲਣਾ ਨਹੀਂ ਆਉਂਦਾ ਤਾਂ ਤੁਸੀਂ ਉਹਦੇ ਕਮੈਂਟ ਦੇਖ ਲਓ ਕਿਸੇ ਦਾ ਜੋਗੀ ਸਾਇਲੈਂਟ ਇਹਦਾ ਕਮੈਂਟ ਆ ਕਹਿੰਦਾ ਹਰਜੋਤ ਨਾਲ ਰਿਸ਼ਤੇਦਾਰੀ ਹੈ ਦੀ ਕਹਿੰਦਾ ਤਾਂ ਹੀ ਉਹਦੀ ਵੀਡੀਓ ਹਰ ਵਾਰੀ ਪਾਉਂਦਾ ਇੱਕ ਨੇ ਤਾਂ ਕੁੜੀ ਦੇ ਨਾਮ ਤੇ ਆਈਡੀ ਆ ਪਤ ਨਹੀਂ ਸਹੀ ਆ ਪਤ ਨਹੀਂ ਗਲਤ ਆ ਤੇ ਕਹਿੰਦਾ ਬਾਈ ਇਹਦਾ ਜੀਜਾ ਲੱਗਦਾ ਹੁਣ ਜੋਤਵੈਂਸ ਤਾਂ ਹੀ ਕਹਿੰਦਾ ਇਹ ਆ जखਮਾਂ ਤੇ ਲੂਣ ਛੜਕਦਾਗਾ ਤੇ ਪਤ ਨਹੀਂ ਅੱਗੇ ਕੀ ਲਿਖਿਆ ਹੋਇਆ ਤੇ ਇੱਕ ਮੈਂ ਇਹਨਾਂ ਥੋੜੀ ਜੀ ਤਾਂ ਮੈਂ ਤੁਹਾਨੂੰ ਦੱਸਦਾ ਵੀ ਦੋ ਤਿੰਨ ਮਿੰਟ ਹੋਰ ਨੇ ਇਦਾਂ ਦੇ ਇੱਕ ਆ ਕਿਸੇ ਨੇ ਲਿਖਿਆ ਵੀ ਭਰਾਵਾ ਪਹਿਲਾਂ ਤਾਂ ਤੂੰ ਆਪਣੇ ਨੰਬਰ ਤੇ ਜਿਹੜਾ ਚੈਨਲ ਚਲਾਇਆ ਤੁਸੀਂ ਫालतू ਵੀਡੀਓ ਕੱਟ ਕੱਟ ਕੇ ਪਾਈ ਜਾਂਦਾ ਤੂੰ ਗਲਤ ਇਨਫੋਰਮੇਸ਼ਨ ਦਿਨਾਗਾ ਤੇ ਚੈਨਲ ਨੂੰ ਰਿਪੋਰਟ ਕਰੋ ਤੇ ਬੰਦ ਕਰੋ ਹਨਾ ਵਿਊ ਦੇ ਚੱਕਰਾਂ ਦੇ ਵਿੱਚ ਸਾਰੀ ਵੀਡੀਓ ਅਪਲੋਡ ਕਰਦਾ ਇੱਕ ਨੇ ਫੇਰ ਲਿਖਿਆ ਪਿਆ ਕਹਿੰਦਾ ਆਪ ਤੇ ਬੇਸ਼ਰਮ ਰਿਸ਼ਤੇਦਾਰਾਂ ਦੀ ਵੀਡੀਓ ਨੂੰ ਕਿੰਨੀ ਵਾਰੀ ਅਪਲੋਡ ਕਰੇਗਾ ਮੈਂ ਨਾ ਪਤਾ ਨਹੀਂ ਤਾਂ ਮੈਂਟਲੀ ਇਹ ਬੰਦੇ ਹੁੰਦੀ ਇੱਦਾਂ ਦੇ ਨਹੀਂ ਵੀ ਇਹਨਾਂ ਨੂੰ ਇੰਨੀ ਕੀ ਅਕਲ ਹੀ ਹੁੰਦੀ ਆ ਵੀ ਕਿਸੇ ਦੇ ਵੀਡੀਓ ਤੇ ਜਾ ਕੇ ਕਮੈਂਟ ਕਰਨ ਦੀ ਤੇ ਸੌਰੀ ਮੈਂ ਥੋੜਾ ਜਿਹਾ 1 ਕਿਲੋ ਮਿੰਟ ਟਾਈਮ ਇਸ ਕਰਕੇ ਵੱਧ ਲੈ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਫੀਲ ਹੁੰਦਾ ਹੁੰਦਾ ਜਦੋਂ ਮੈਂ ਕੋਈ ਇਹੋ ਜਿਹਾ ਕੰਮ ਨਾ ਕੀਤਾ ਹੋਵੇ ਤੇ ਮੈਨੂੰ ਇਹੋ ਜਿਹਾ ਕੁਝ ਸੁਣਨਾ ਪੈ ਜੇ ਕਿਉਂਕਿ ਇਨਫੋਰਮੇਸ਼ਨ ਮੈਂ ਤੁਹਾਨੂੰ ਵੀਡੀਓ ਦੇ ਐਂਡ ਦੇ ਵਿੱਚ ਦੇ ਦੂੰਗਾ ਜਿਹੜੀ ਆਪਣੀ ਮੀਟਿੰਗ ਦੇ ਸਬੰਧ ਦੇ ਵਿੱਚ ਆ ਤੇ ਜਾ ਤਾਂ ਜਿਹੜੇ ਬੰਦੇ ਹੁੰਦੇ ਨੇ ਨਾ ਇਦਾਂ ਦੇ ਕਮੈਂਟ ਕਰਨ ਵਾਲੇ ਜਾਂ ਤਾਂ ਆਪਣਾ ਪ੍ਰੋਪਰ ਨਾਮ ਪਤਾ ਲਿਖ ਕੇ ਕਮੈਂਟ ਕਰ ਦਿਆ ਕਰਨ ਫਿਰ ਤਾਂ ਮੈਂ ਦੱਸ ਦੂੰਗਾ ਵੀ ਮੇਰੀ ਕਿੰਨੀ ਕੁ ਔਕਾਤ ਆ ਤੇ ਮੈਂ ਕੀ ਕਰ ਸਕਦਾ ਐ ਤਾਂ ਹੁਣ ਤਰਿਆ ਜਾਂਦਾ ਕਿਸੇ ਨੂੰ ਵੀ ਕੋਈ ਕਮੈਂਟ ਕਰ ਸਕਦਾ ਤੇ ਜਿਹੇ ਜਿਹੇ ਸ਼ਬਦਾਵਲੀ ਇਹ ਵਰਤਦੇ ਨੇ ਮੈਨੂੰ ਉਦੋਂ ਵੀ ਹੋ ਸਕਦਾ ਮੈਂ ਇਦੋਂ ਵੀ ਇਹਨਾਂ ਵਾਸਤੇ ਘਟੀਆ ਵਰਤ ਸਕਦਾ ਹਾਂ ਪਰ ਮੈਂ ਵਰਤਣਾ ਨਹੀਂ ਚਾਹੁੰਦਾ ਕਿਉਂਕਿ ਮੈਨੂੰ ਇੰਨੀ ਕਾਕਲ ਘਰਦਿਆਂ ਤੋਂ ਵੀ ਸਿੱਖੀ ਹੋਈ ਆ ਮੈਂ ਵੈਸੇ ਵੀ ਸਮਾਜ 'ਚ ਆਪਾਂ ਜਦੋਂ ਵਿਚਰਦੇ ਆਂ ਵੀ ਇੰਨੀ ਕਾਕਲ ਵੈਗਰੂ ਵੱਲੋਂ ਦਿੱਤੀ ਹੋਈ ਆ ਵੀ ਆਪਾਂ ਇਹੋ ਜਿਹਾ ਕੁਝ ਵਰਤਦੇ ਨਹੀਂ ਹੈਗੇ ਪਤਾ ਨਹੀਂ ਇਹਨਾਂ ਨੂੰ ਕੀ ਲੱਗਦਾ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਵੀ ਨਾ ਤਾਂ ਇਹ ਜੇ ਬੰਦਿਆਂ ਨਾਲ ਮੇਰੇ ਨਾਲ ਮੇਰਾ ਕੋਈ ਘਾਟਾ ਪੈਂਦਾ ਜਿਹੇ ਜੇ ਬੰਦੇ ਜਿਨ੍ਹਾਂ ਨੂੰ ਹੋਰ ਵੀ ਨਾ ਜੇ ਕਿਸੇ ਨੂੰ ਮੇਰੇ ਤੇ ਇਨਫੋਰਮੇਸ਼ਨ ਤੇ ਕੋਈ ਇਹ ਲੱਗਦਾ ਵੀ ਯਾਰ ਵਧੀਆ ਨਹੀਂ ਹੈਗੀ ਤਾਂ ਵੀਰ ਬਣ ਕੇ ਚੈਨਲ ਨੂੰ ਨਾ ਹੁਣੇ ਅਨਸਬਸਕ੍ਰਾਈਬ ਕਰ ਦਿਓ ਮੈਨੂੰ ਕੋਈ ਦਿੱਕਤ ਨਹੀਂ ਕਿਉਂਕਿ ਜੇ ਮੇਰੇ ਦੋ ਸਬਸਕ੍ਰਾਈਬਰ ਜਾਂਦੇ ਹਨ ਘਟੂ ਘਟ ਮੇਰੇ 15 ਨਵੇਂ ਆਉਂਦੇ ਆ ਮੈਨੂੰ ਤਾਂ ਇਹ ਚੀਜ਼ ਦਾ ਕੋਈ ਚੱਕਰ ਹੀ ਨਹੀਂ ਮੇਰਾ ਤਾਂ ਡੇਲੀ 60 70 ਵੱਧਦੇ ਆ ਤੇ ਇਹ ਜੇ ਮੰਨ ਲਓ ਬੇਕਾਰ ਜੇ ਬੰਦਿਆਂ ਦਾ ਜਿਨ੍ਹਾਂ ਨੂੰ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਮੈਂ ਉਹ ਜਿਹੜਾ ਗੱਲ ਹੈ ਨਾ ਹੁਣ ਵਿਧਾਨ ਸਭਾ ਦੇ ਵਿੱਚ ਲਾਈਵ ਚੱਲ ਰਿਹਾ ਮੰਨ ਲਓ ਦਿੱਲੀ ਵਿਧਾਨ ਸਭਾ ਦੇ ਵਿੱਚ ਕੋਈ ਨਾ ਕੋਈ ਐਮ ਐਲ ਏ ਸਵਾਲ ਪੁੱਛ ਲੈਂਦਾ ਵੀ ਸਾਡੇ ਸਕੂਲ ਦੇ ਵਿੱਚ ਇੰਨੇ ਟੀਚਰ ਘਟਾ ਸਾਡੇ ਸਕੂਲ ਦੇ ਵਿੱਚ ਆ ਚੀਜ਼ ਘਟਾ ਵੀ ਵਿਤਮ ਆਪਣਾ ਸਿੱਖਿਆ ਮੰਤਰੀ ਨੂੰ ਤੇ ਵੀ ਤੁਸੀਂ ਦੱਸੋ ਵੀ ਕਦੋਂ ਤੱਕ ਪੂਰੇ ਹੋ ਰਹੇ ਨੇ ਜਾਂ ਨਵੀਂ ਭਰਤੀ ਕਦੋਂ ਆਊਗੀ ਤਾਂ ਦਿੱਲੀ ਵਾਂਗੂ ਹਰਜੋਤ ਬੈਂਸ ਆਪਣਾ ਬਿਆਨ ਦਿੰਦਾ ਤਾਂ ਮੇਰੀ ਕੀ ਆਦਤ ਆ ਬੀਬੀਆਂ ਕੱਲੀ ਕੱਲੀ ਇਨਫੋਰਮੇਸ਼ਨ ਸਿੱਖਿਆ ਵਿਭਾਗ ਦੀ ਉਹ ਅਪਲੋਡ ਕਰਨੀ ਹੁੰਦੀ ਆ ਉਹ ਘਟੀਆਂ ਵਧੀਆਂ ਕੋਈ ਸਰਕਾਰ ਦੀ ਉਹਦੇ ਵਿੱਚ ਤਾਰੀਫ ਹੁੰਦੀ ਆ ਸਰਕਾਰ ਦੀ ਉਹਦੇ ਵਿੱਚ ਬਦਨਾਮੀ ਹੁੰਦੀ ਆ ਮੈਨੂੰ ਉਹਦੇ ਨਾਲ ਕੋਈ ਦਿੱਕਤ ਨਹੀਂ ਪਰ ਮੈਂ ਉਹ ਇਨਫੋਰਮੇਸ਼ਨ ਸ਼ੇਅਰ ਕਰਨੀ ਹੁੰਦੀ ਆ ਤਾਂ ਮੈਂ ਉਹ ਡੈਲੀ ਦਾ ਉਹਦਾ ਉਹਨਾਂ ਦਾ ਬਿਆਨ ਚੱਕ ਕੇ ਮੈਂ ਆਪਣੇ ਚੈਨਲ ਤੇ ਪਾ ਦਿੰਨਾ ਹੁੰਨਾ ਵੀ ਚਲ ਲੋਕਾਂ ਤੱਕ ਪਹੁੰਚੇ ਗੱਲ ਵੀ ਆ ਚੀਜ਼ ਭਈ ਹੋ ਰਹੀ ਆ ਆ ਨਹੀਂ ਹੋ ਰਹੀ ਤਾਂ ਮੈਂ ਉਹ ਚੀਜ਼ ਪਾਤੀ ਵੀ 612 ਪਤਾ ਨਹੀਂ 32 ਪੋਸਟ ਆ ਰਹੀਆਂ ਨੇ ਅਸਿਸਟੈਂਟ ਪ੍ਰੋਫੈਸਰ ਦੀਆਂ ਤਾਂ ਲੋਕਾਂ ਨੇ ਪੰਜ ਚਾਰ ਬੰਦੇ ਨੇ ਇਹ ਜੇ ਕਮੈਂਟ ਕੀਤੇ ਵੀ ਇਹ ਹਰਜੋਤ ਬੈਂਸੇ ਦਾ ਰਿਸ਼ਤੇਦਾਰ ਹੈ ਫਲਾਣਾ ਤੇ ਮਕਾ ਵੀ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਾਂ ਤਾਂ ਤੁਸੀਂ ਨਾ ਆਪਣਾ ਨਾਮ ਪਤਾ ਲਿਖ ਕੇ ਕਮੈਂਟ ਕਰਦਿਆ ਕਰੋ ਫਿਰ ਤਾਂ ਮੈਂ ਤੁਹਾਨੂੰ ਦੱਸਦਾ ਵੀ ਮੈਂ ਤੁਹਾਡੇ ਲਈ ਕੀ ਕਰ ਸਕਦਾਗਾ ਇਹ ਜੇ ਘੱਡੀਆਂ ਜੀ ਹਰਕਤਾਂ ਕਰਨ ਨਾਲੋਂ ਵੀਰ ਬਣ ਕੇ ਐਂ ਜੰਗਾ ਤਾਂ ਕਿਉਂ ਤੁਸੀਂ ਇਹੋ ਜਿਹੇ ਕੰਮ ਕਰਦੇ ਹੁੰਦੇ ਹੋ ਹਣਾ ਕਰਨ ਨੂੰ ਮੈਂ ਯਾਰ ਜਿਹਨੂੰ ਇਹ ਵੀ ਨਹੀਂ ਪਤਾ ਹੁੰਦਾ ਨਾ ਵੀ YouTube ਤੇ ਚੈਨਲ ਮੋਨਟਾਈਜ਼ ਕਿਵੇਂ ਹੁੰਦਾ ਕਿਵੇਂ ਵੀਡੀਓ ਅਪਲੋਡ ਹੁੰਦੀ ਆ ਉਹ ਵੀ ਆਪਦੇ ਆਪ ਨੂੰ ਜੱਜ ਸਮਝਣ ਲੱਗ ਜਾਂਦਾ ਪਤਾ ਨਹੀਂ ਕਿਉਂ ਦੁਨੀਆ ਲੋਕਨ ਨੂੰ ਵੀ ਲੱਗਦਾ ਵੀ ਸਾਨੂੰ ਅਕਲ ਹੈਗੀ ਆ ਤੇ ਇਹਨਾਂ ਨੂੰ ਤਾਂ ਅਕਲ ਹੀ ਨਹੀਂ ਹੈਗੀ ਤੇ ਇਹ ਤਾਂ ਇਨਿਕਾ ਤਾਂ ਉਹਨਾਂ ਬਾਈਆਂ ਵਾਸਤੇ ਸੀਗੀ ਚਲੋ ਜਿਨ੍ਹਾਂ ਨੂੰ ਕਮੈਂਟ ਕਰਨ ਦੀ ਯਾਦ ਆਤਾ ਤੇ ਹੁਣ ਮੈਂ ਤੁਹਾਨੂੰ ਦੱਸਦਾ ਬਾਈ ਜਿਹੜੀ ਮੀਟਿੰਗ ਦੇ ਸਬੰਧ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਸੋਰੀ ਦੋ ਤਿੰਨ ਦਿਨ ਪਹਿਲਾਂ ਦੱਸਿਆ ਸੀਗਾ ਵੀ ਜਿਹੜੀ ਆਪਾਂ ਨੂੰ ਨਾ ਮੀਟਿੰਗ ਮਿਲੀ ਹੋਈ ਆ 14 ਤਰੀਕ ਦੀ ਆਪਣਾ 11 8 ਤਰੀਕ ਨੂੰ ਹਾਂ 8 ਤਰੀਕ ਨੂੰ ਆਪਣਾ ਧਰਨਾ ਸੀਗਾ ਦੇਖੋ ਮੈਂ ਵੀ ਉੱਥੇ ਗਿਆ ਸੀਗਾ ਲਾਈਵ ਵਰਕ ਕੀਤਾ ਸੀਗਾ ਤੇ ਧਰਨਾ ਚਲੋ ਵਧੀਆ ਰਿਹਾ ਹਨਾ ਨਹੀਂ ਤਾਂ ਕਿਦਾ ਮੀਟਿੰਗ ਬਹੁਤ ਲੇਟ ਮਿਲਦੀ ਹੁੰਦੀ ਪਰ ਆਪਾਂ ਨੂੰ 8 ਤਰੀਕ ਸੌਰੀ 8 ਤਰੀਕ 14 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇ ਦਾਂ ਆਪਾਂ ਨੂੰ 11 ਤਰੀਕ ਨੂੰ ਮੀਟਿੰਗ ਮਿਲੀ ਹੋਈ ਸੀ ਸਿੱਖਿਆ ਮੰਤਰੀ ਹਰਜੋਤ ਬੈਂਜੀ ਦੇ ਨਾਲ 11 ਤਰੀਕ ਜਿਹੜੀ ਪਰਸੋ ਲੰਘ ਕੇ ਗਈ ਹੈ ਪਰਸੋ ਚੋਂ ਉੱਥੇ ਤਾਂ ਜਿਹੜੀ 11 ਤਰੀਕ ਨੂੰ ਮੀਟਿੰਗ ਮਿਲੀ ਹੋਈ ਸੀ ਉਸ ਤੋਂ ਪਹਿਲਾਂ ਇੱਕ ਮੀਟਿੰਗ ਉਸ ਤੋਂ ਪਹਿਲਾਂ ਵੀ ਮਿਲੀ ਹੋਈ ਸੀ 6 ਤਰੀਕ ਦੀ ਸ਼ਾਇਦ ਨਾ ਤਾਂ ਸਿੱਖਿਆ ਮੰਤਰੀ ਨੇ 6 ਤਰੀਕ ਦੀ ਮੀਟਿੰਗ ਕੀਤੀ ਆ ਆਪਣੀ ਯੂਨੀਅਨ ਦੇ ਨਾਲ ਇੱਕ ਦੋ ਯੂਨੀਅਨਾਂ ਹੋਰ ਵੀ ਸੀਗੀਆਂ ਤੇ ਜਿਹੜੀ 11 ਤਰੀਕ ਦੀ ਮੀਟਿੰਗ ਮਿਲੀ ਹੋਈ ਸੀ ਉਹਦੇ ਵਿੱਚ ਟੋਟਲ 14 ਯੂਨੀਅਨਾਂ ਦੀ ਮੀਟਿੰਗ ਸੀ ਜਿਹਦੇ ਵਿੱਚ ਜਿਹੜੇ ਡੀਟੀਐਫ ਜਿਹੜੇ ਕਿ ਅਧਿਆਪਕ ਹੁੰਦੇ ਨੇ ਪੱਕੇ ਸਰਕਾਰੀ ਉਹਨਾਂ ਦੀ ਯੂਨੀਅਨ ਦੀ ਮੀਟਿੰਗ ਵੀ ਸੀਗੀ ਆਪਣੀ ਬੀਐਡ ਟੈਟ ਪਾਸ ਬੇਰੁਜ਼ਗਾਰ ਦੀ ਵੀ ਸੀ ਤਾਂ ਸਿੱਖਿਆ ਮੰਤਰੀ ਨੇ ਉਹ ਮੀਟਿੰਗਾਂ ਜਿਹੜੀ ਕੀਤੀ ਨਹੀਂ ਮਲੂ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਹੈਗਾ ਤਾਂ 11 ਤਰੀਕ ਵਾਲੀ ਮੀਟਿੰਗ ਦਾ ਤੁਸੀਂ ਦੇਖੋ ਵੀ ਖੁਦ ਵੀ ਕਿੰਨਾ ਕੁ ਸਿੱਖਿਆ ਮੰਤਰੀ ਆਪਣੇ ਭਰਤੀਆਂ ਨੂੰ ਲੈ ਕੇ ਕਿੰਨਾ ਕੁ ਉਹ ਗੰਭੀਰ ਆ ਵੀ ਜਿਹੜੇ ਬੰਦੇ ਨੇ ਮੀਟਿੰਗ ਹੀ ਨਹੀਂ ਕੀਤੀ ਉਹ ਕੀ ਲੱਗਦਾ ਤੁਹਾਨੂੰ ਵੀ ਭਰਤੀ ਦੇ ਦੇਊਗਾ ਜਾਂ ਨਹੀਂ ਹਨਾ ਤਾਂ 11 ਤਰੀਕ ਵਾਲੀ ਜਿਹੜੀ ਆਪਣੀ ਮੀਟਿੰਗ ਥੀ ਉਹ ਤਾਂ ਆਪਣੀ ਕੈਨਸਲ ਹੀ ਕਰਤੀ 11 ਤਰੀਕ ਨੂੰ ਮੀਟਿੰਗ ਦੇ ਵਿੱਚ ਪਹੁੰਚੇ ਨਹੀਂ ਟੋਟਲ 14 ਯੂਨੀਅਨਾਂ ਸੀਗੀਆਂ ਤਾਂ ਉਹਦੇ ਵਿੱਚ ਕਿਸੇ ਵੀ ਯੂਨੀਅਨ ਨਾਲ ਕੋਈ ਮੀਟਿੰਗ ਨਹੀਂ ਹੋਈ ਤਾਂ ਉਸ ਤੋਂ ਬਾਅਦ ਜਿਹੜੀ ਆਪਣੀ ਦੂਜੀ ਮੀਟਿੰਗਾ ਹੁਣ ਜਿਹੜੀ 14 ਨੂੰ ਯਾਨੀ ਕਿ ਅੱਜ ਅੱਜ ਆਪਣੀ ਮੀਟਿੰਗ ਹੋਣ ਜਾ ਸਬ ਕਮੇਟੀ ਦੇ ਨਾਲ ਸਬ ਕਮੇਟੀ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰਪਾਲ ਚੀਮਾ ਜਿਨ੍ਹਾਂ ਨੇ ਪਹਿਲਾਂ ਵੀ ਕਿਹਾ ਸੀਗਾ ਪਹਿਲਾਂ ਵੀ ਜਦੋਂ ਸਬ ਕਮੇਟੀ ਨਾਲ ਮੀਟਿੰਗ ਹੋਈ ਹੈ ਨਾ ਉਹਦੇ ਵਿੱਚ ਜਿਹੜੇ ਉੱਥੇ ਅਧਿਕਾਰੀ ਸੀਗੇ ਸਿੱਖਿਆ ਵਿਭਾਗ ਦੇ ਤਾ ਉਹਨਾਂ ਨੇ ਅਧਿਕਾਰੀ ਨੂੰ ਇਹ ਕਿਹਾ ਸੀ ਵੀ ਇਹਨਾਂ ਦਾ ਮਸਲਾ ਜਿਹੜਾ ਹੱਲ ਹੋਣਾ ਚਾਹੀਦਾ ਚੋਣਾ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਤਾਂ ਅੱਜ ਆਪਣੀ ਦੁਬਾਰਾ ਮੀਟਿੰਗ ਆ ਸਵੇਰੇ 11:30 ਦਾ ਟਾਈਮ ਦਿੱਤਾ ਵੈਸੇ ਤਾਂ ਚਲੋ ਮੀਟਿੰਗ ਦਾ ਤੁਹਾਨੂੰ ਪਤਾ ਹੀ ਆ ਵੀ ਬਾਅਦ ਦੁਪਹਿਰ ਹੀ ਹੁੰਦੀ ਆ 2-3 ਵਜੇ ਤੱਕ ਤੇ ਇਹ ਮੀਟਿੰਗ ਦੇ ਵਿੱਚ ਟੋਟਲ 6 ਯੂਨੀਅਨਾਂ ਨੇ ਜਿਹਦੇ ਵਿੱਚ ਆਪਣੇ ਬੀਐਡ ਟੈਟਪਾਸ ਮਾਸਟਰ ਕਾਟਰ ਵਾਲੇ ਜੋ ਸੰਬੰਧ ਘਵਾਇਆ ਈਟੀਟੀ ਦੀ ਓਵਰੇਜ ਦੀ ਤੇ ਆਰਟ ਐਂਡ ਕraft ਦੀ ਇਹ ਸਾਰੀ ਯੂਨੀਅਨਾਂ ਦੀਆਂ ਮੀਟਿੰਗਾਂ ਨੇ ਅੱਜ ਤੇ ਟਾਈਮ ਦਾ ਮੈਂ ਤੁਹਾਨੂੰ ਦੱਸਦਾ ਤੇ ਦੋ ਤਿੰਨ ਜਣੇ ਇੱਕ ਇੱਕ ਯੂਨੀਅਨ ਦੇ ਨਾਲ ਜਾ ਸਕਦੇ ਨੇ ਅੰਦਰ ਤੇ ਜਦੋਂ ਵੀ ਮੀਟਿੰਗ ਹੁੰਦੀ ਆ ਮੀਟਿੰਗ ਮੰਨ ਲਓ 2:00 3:00 ਵਜੇ 4:00 ਵਜੇ ਤੱਕ ਜਦੋਂ ਵੀ ਹੁੰਦੀ ਆ ਉਹਦੇ ਵਿੱਚ ਕੀ ਅਪਡੇਟ ਆਈ ਆ ਤੇ ਕਿਉਂਕਿ ਇਹਦੇ ਵਿੱਚ ਆਪਣੀਆਂ ਮੰਗਾਂ ਵੀ ਦੋ ਤਿੰਨ ਹੋਣਗੀਆਂ 55% ਦੀ ਸ਼ਰਤ ਨੂੰ ਰੱਦ ਕਰਨਾ ਤੇ ਨਮਸਤ ਕਾਡਰ ਦੀ ਨਵੀਂ ਭਰਤੀ ਨੋਟੀਫਿਕੇਸ਼ਨ ਆ ਇੱਕ ਵਾਰੀ ਨੋਟੀਫਿਕੇਸ਼ਨ ਜਾਰੀ ਕਰਾਉਣ ਦੀ ਮੰਗ ਆਪਣੀ ਬੇਸ਼ੱਕ ਪੇਪਰ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਜਾਵੇ ਦੋ ਤਿੰਨ ਮਹੀਨੇ ਨਹੀਂ ਹੁੰਦਾ ਬਿਲਕੁਲ ਜਮ੍ਹਾਂ ਹੀ ਕਨਫਰਮ ਆ ਵਿੱਚ 7ਵੇਂ ਮਹੀਨੇ ਤੱਕ ਤਾਂ ਪੇਪਰ ਹੋਣਾ ਹੀ ਨਹੀਂ ਕਿਉਂਕਿ ਉਦੋਂ ਬਾਅਦ ਵੋਟਾਂ ਚੱਲ ਪੈਣੀਆਂ ਦੋ ਤਿੰਨ ਮਹੀਨੇ ਲਗਾਤਾਰ ਫਿਰ ਉਹੀ ਘਿਚੋਲਾ ਚੱਲੂਗਾ ਇੱਕ ਵਾਰੀ ਚੋਣ ਜਾਬਤੇ ਤੋਂ ਪਹਿਲਾਂ ਪਹਿਲਾਂ ਆਪਣਾ ਨੋਟੀਫਿਕੇਸ਼ਨ ਜਾਰੀ ਕਰਾਉਣ ਦੀ ਆਪਣੀ ਮੰਗ ਆ ਤੇ ਲੈਕਚਰਰ ਦੇ ਵੀ ਇਸੇ ਤਰ੍ਹਾਂ ਹਾਲਾਂਕਿ ਲੈ ਤੇ ਪਰ ਮਾਸਟਰ ਕਾਰਡਰ ਦੀ ਭਰਤੀ ਤੇ ਹਜੇ ਵੀ ਬਹੁਤ ਵੱਡਾ ਸਸਪੈਂਸ ਹੈ ਵੀ ਆਊਗੀ ਜਾਂ ਨਹੀਂ ਆਊਗੀ ਤੇ ਮੀਟਿੰਗ ਜਦੋਂ ਵੀ ਹੁੰਦੀ ਹੈ 2 ਵਜੇ 3 ਵਜੇ 4 ਵਜੇ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆ ਜਾਂ ਕਮੇਟੀ ਵੱਲੋਂ ਕੀ ਆਖਿਆ ਗਿਆ ਸਿੱਖਿਆ ਵਿਭਾਗ ਦੇ ਵੱਲੋਂ ਕੀ ਅਪਡੇਟ ਆ ਤਾਂ ਉਹਦੀ ਹਰ ਇੱਕ ਜਾਣਕਾਰੀ ਮੈਂ ਤੁਹਾਨੂੰ ਇਸੇ ਚੈਨਲ ਤੇ ਸ਼ਾਮ ਤੱਕ ਜਾਂ ਸ਼ਾਮ ਨੂੰ ਲੇਟ ਮੀਟਿੰਗ ਹੁੰਦੀ ਹੈ ਤਾਂ ਕੱਲ ਨੂੰ ਸਵੇਰ ਤੱਕ ਵੀਡੀਓ ਪਾ ਕੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਕਿਤੇ ਇਹ ਵੀ ਨਾ ਹੋਵੇ ਵੀ ਪਿਛਲੀਆਂ ਮੀਟਿੰਗਾਂ ਦੇ ਵਾਂਗੂ ਮੀਟਿੰਗ ਨਾ ਹੀ ਹੋਵੇ ਉਹ ਵੀ ਚਲੋ ਤੁਹਾਨੂੰ ਮੈਂ ਦੱਸ ਦੂੰਗਾ ਬਾਕੀ ਤੁਸੀਂ ਚੈਨਲ ਤੇ ਬਣੇ ਰਿਹਾ ਕਰੋ ਕਿਉਂਕਿ ਆਪਣੇ ਕੋਲੇ ਆਹੀ 8-10 ਦਿਨ ਨੇ ਤੇ ਇਹਦੇ ਵਿੱਚ ਕੀ ਅਪਡੇਟ ਆਉਂਦੀ ਹੈ ਕੀ ਗੱਲਬਾਤ ਹੁੰਦੀ ਹੈ ਉਹਦੀ ਤੇ ਵੀਡੀਓ ਨੂੰ ਵੀਰ ਬਣ ਕੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਤੇ ਸੁਣ ਜਰੂਰ ਲਿਆ ਕਰੋ ਤੇ ਇੱਕ ਜਿਹੜੇ ਆਹ ਪੁੱਠੇ ਸਿੱਧੇ ਕਮੈਂਟ ਜੇ ਕਰਦੇ ਨੇ ਦੇਖੋ ਮੈਨੂੰ ਫਰਕ ਦਾ ਕੋਈ ਨਹੀਂ ਪੈਂਦਾ ਪਹਿਲਾਂ ਪਹਿਲਾਂ ਚਲੋ ਮੈਂ ਸੋਚਦਾ ਹੁੰਦਾ ਸੀਗਾ ਤੇ ਹੁਣ ਮੈਨੂੰ ਇਹ ਹੁੰਦਾ ਵੀ ਚੱਲ ਫਿਰ ਵੀ ਕਿਉਂਕਿ ਮੇਰੀ ਕੱਲੀ ਕੱਲੀ ਇਨਫੋਰਮੇਸ਼ਨ ਮੈਂ ਵਿਦ ਪ੍ਰੂਫ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦਾ ਹੁੰਨਾ ਹਾਂ ਹੋ ਸਕਦਾ ਕਿਤੇ 1 ਅੱਧਾ ਪਰਸੈਂਟ ਹੋਰਾਂ ਪਰਾਂ ਗਲਤ ਗੱਲ ਹੋਊਗੇ ਤਾਂ ਉਹ ਗੱਲ ਵੱਖਰੀ ਆ ਪਰ ਨਹੀਂ ਕੋਈ ਵੀ ਮੇਰੀ ਵੀਡੀਓ ਕਟੋ-ਕਟ ਮੇਰੇ ਚੈਨਲ ਤੇ ਹਜ਼ਾਰ ਵੀਡੀਓ ਅਪਲੋਡ ਆ ਜੇ ਇੱਕ ਵੀ ਵੀਡੀਓ ਚ ਤੁਸੀਂ ਇਹ ਸਾਬਤ ਕਰ ਦਿਓ ਵੀ ਆ ਪਰ ਇਹ ਜੇ ਯਾਰ ਵੀਰਮਣ ਕੇ ਪੁੱਠੇ ਸਿੱਧੇ ਕਮੈਂਟ ਕਰਨ ਤੋਂ ਉਹਨਾਂ ਥੋੜਾ ਗਰੇਜ ਕਰਿਆ ਕਰੋ ਜਿਹੜੇ ਬੰਦੇ ਕਰਦੇ ਨੇ ਵੈਸੇ ਤਾਂ ਮੈਨੂੰ ਪਤਾ ਵੀ 90% ਜਿਹੜੇ ਲੋਕ ਮੇਰੇ ਨਾਲ ਜੁੜੇ ਹੋਇਆ ਕਿਉਂਕਿ 47000 ਬੰਦਾ ਜੁੜਿਆ ਹੋਇਆ ਮੇਰੇ ਨਾਲ 47000 ਦੇ ਵਿੱਚੋਂ ਲਗਭਗ 90% ਲੋਕ ਨੇ ਜਿਹੜੇ ਲਗਭਗ ਮੰਨ ਲਓ 42000 ਬੰਦਾ ਜਿਹੜਾ ਉਹ ਬਿਲਕੁਲ ਜੈਨੂਅਨ ਆ ਵੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਮੇਰੇ ਨਾਲ ਪਰ 10% ਜਿਹੜੇ ਉਹੀ ਮੱਚਦੇ ਹੁੰਦੇ ਨੇ ਜਿਹੜੇ ਜਿਵੇਂ ਕਹਿੰਦੇ ਹੁੰਦੇ ਹਨ ਨਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਮੇਰੀ ਚਲੋ ਚੈਨਲ ਵੀ ਵਧੀਆ ਚੱਲਦਾਗਾ ਪਰ ਆਪਣੀ ਇਨਫੋਰਮੇਸ਼ਨ ਵੀ ਵਧੀਆ ਹੁੰਦੀ ਆ ਪਰ ਉਹ 10% ਲੋਕ ਪੁੱਠੇ ਜਿਹੜੇ ਕਮੈਂਟ ਕਰਨੋਂ ਫੜਦੇ ਨਹੀਂ ਹਾਲਾਂਕਿ ਫਰਕ ਤਾਂ ਮੈਨੂੰ ਕੋਈ ਪੈਂਦਾ ਨਹੀਂ ਪਰ ਜੇ ਤਾਂ ਉਹ ਜਾਂ ਤਾਂ ਉਹ ਆਪਣਾ ਨਾਮ ਦੱਸ ਦਿਆ ਕਰਨ ਵੀ ਅਸੀਂ ਭਾਈ ਇੱਥੋਂ ਆ ਸਾਡਾ ਨੰਬਰ ਆ ਤੇ ਅਸੀਂ ਇਹ ਜੇ ਕਮੈਂਟ ਕਰਦੇ ਆ ਫਿਰ ਤਾਂ ਮੈਂ ਉਹਨਾਂ ਨੂੰ ਨਾ 10 ਮਿੰਟਾਂ ਚ ਸਭ ਕੁਝ ਸਿਖਾ ਦਾਂ ਵੀ ਯਾਰ ਕਿਸੇ ਨੂੰ ਕਮੈਂਟ ਕਿਵੇਂ ਕਰੀਦਾ ਹੁੰਦਾ ਤੇ ਬਸ ਆਹੀ ਇਨਫੋਰਮੇਸ਼ਨ ਇਨਫੋਰਮੇਸ਼ਨ ਸੀਗੀ ਤੇ ਬਾਕੀ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤੇ ਸ਼ਾਮ ਤੱਕ ਦੀ ਵੇਟ ਕਰਿਓ ਜਦੋਂ ਵੀ ਕੋਈ ਅਪਡੇਟ ਆਉਂਦੀ ਹੈ ਉਹਦੀ ਸਾਰੀ ਜਾਣਕਾਰੀ ਮੈਂ ਤੁਹਾਨੂੰ ਆਪਣੇ ਚੈਨਲ ਦੇ ਵੀਡੀਓ ਪਾ ਕੇ ਦੇ ਦੂੰਗਾ ਤੇ ਬਸ ਇਹੀ ਗੱਲਬਾਤ ਸੀਗੀ ਤੇ ਥੈਂਕ ਯੂ ਸੋ ਮਚ